ਹੈਲੋ ਫਰੈਂਡਸ, ਅੱਜ ਆਪਾਂ ਵੇਖਣ ਜਾ ਰਹੇ ਹਾਂ ਜਵਾਹਰ ਲਾਲ ਨਹਿਰੂ ਬੋਟੈਨੀਕਲ ਗਾਰਡਨ, ਸ਼੍ਰੀਨਗਰ, ਕਸ਼ਮੀਰ। ਵੈਸੇ ਤਾਂ ਸ਼੍ਰੀਨਗਰ ਬਹੁਤ ਸਾਰੇ ਗਾਰਡਨਾਂ ਦੀ ਧਰਤੀ ਹੈ, ਪਰ ਇਹ ਗਾਰਡਨ ਕਾਫੀ ਫੇਮਸ ਅਤੇ ਪਾਪੂਲਰ ਹੈ। ਆਓ ਫਿਰ ਚੱਲਦੇ ਹਾਂ, ਦੇਖਦੇ ਹਾਂ ਇਹ ਗਾਰਡਨ ਅਤੇ ਕੁਝ ਇੰਪੋਰਟੈਂਟ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ। ਜਵਾਹਰ ਲਾਲ ਨਹਿਰੂ ਬੋਟੈਨੀਕਲ ਗਾਰਡਨ ਪ੍ਰਧਾਨ ਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਦੀ ਯਾਦ ਵਿੱਚ 1969 ਵਿੱਚ ਬਣਾਇਆ ਗਿਆ ਹੈ। ਇਸ ਵਿੱਚ ਕਰੀਬ 1.5 ਲੱਖ ਦੇ ਲਗਭਗ ਪਲਾਂਟਸ ਨੇ ਅਤੇ ਇੱਥੇ ਕਸ਼ਮੀਰੀ ਟ੍ਰੋਪੀਕਲ ਪਲਾਂਟਸ ਵੀ ਲੱਗੇ ਨੇ। ਇਹ ਡਿਪਾਰਟਮੈਂਟ ਆਫ ਫਲੋਰੀਕਲਚਰ ਕਸ਼ਮੀਰ ਦੇ ਅੰਡਰ ਆਉਂਦਾ ਹੈ। ਗਾਰਡਨ ਵਿੱਚ ਜਾਣ ਲਈ ਐਂਟਰੀ ਫੀਸ ਅਡਲਟ ਵੱਡਿਆਂ ਲਈ 24 ਰੁਪਏ ਹੈ GST ਦੇ ਨਾਲ, ਅਤੇ ਚਿਲਡਰਨ ਲਈ 12 ਰੁਪਏ ਫੀਸ ਹੈ, ਟਿਕਟ ਲੱਗਦੀ ਹੈ। 24 ਰੁਪਏ ਵਿੱਚ ਇੰਨਾ ਸੋਹਣਾ ਗਾਰਡਨ ਦੇਖਣ ਲਈ ਮਿਲ ਰਿਹਾ ਹੈ, ਇਹ ਫੀਸ ਮੈਨੂੰ ਤਾਂ ਬਿਲਕੁਲ ਜਾਇਜ਼ ਲੱਗੀ। ਇਸ ਪਾਰਕ ਨੂੰ ਦੇਖਣ ਦਾ ਸਭ ਤੋਂ ਵਧੀਆ ਟਾਈਮ ਮਾਰਚ ਤੋਂ ਨਵੰਬਰ ਮਹੀਨੇ ਤੱਕ ਹੈ। ਇਸ ਸਮੇਂ ਇੱਥੇ ਬਰਫ਼ਬਾਰੀ ਨਹੀਂ ਹੁੰਦੀ ਅਤੇ ਪਾਰਕ ਰੰਗ ਬਿਰੰਗੇ ਫੁੱਲਾਂ ਨਾਲ ਹਰਿਆ ਭਰਿਆ ਹੁੰਦਾ ਹੈ। ਇਸ ਸਮੇਂ ਹੀ ਸਭ ਤੋਂ ਵੱਧ ਟੂਰਿਸਟ ਇਸ ਪਾਰਕ ਨੂੰ ਦੇਖਣ ਆਉਂਦੇ ਹਨ। ਗਾਰਡਨ ਦੀ ਟਾਈਮਿੰਗ ਸੁਬਹਾ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਹੈ। ਇਸ ਗਾਰਡਨ ਨੂੰ ਜੰਮੂ ਐਂਡ ਕਸ਼ਮੀਰ ਟੂਰਿਜ਼ਮ ਐਂਡ ਫਲੋਰੀਕਲਚਰ ਡਿਪਾਰਟਮੈਂਟ ਨੇ ਬਹੁਤ ਹੀ ਵਧੀਆ ਢੰਗ ਨਾਲ ਮੇਨਟੇਨ ਕੀਤਾ ਹੋਇਆ ਹੈ। ਇੱਥੇ ਬਹੁਤ ਸਾਫ਼ ਸਫਾਈ ਹੈ। ਜੇ ਤੁਸੀਂ ਵੀ ਇੱਥੇ ਘੁੰਮਣ ਆਓ, ਇਸ ਨੂੰ ਵੇਖਣ ਆਓ, ਸਾਫ਼ ਸਫਾਈ ਦਾ ਖਾਸ ਧਿਆਨ ਰੱਖੋ ਅਤੇ ਪਾਰਕ ਵਿੱਚ ਗੰਦਗੀ ਨਾ ਫੈਲਾਓ। ਇੱਥੇ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਅਲਾਊਡ ਹੈ, ਬਿਲਕੁਲ ਫ੍ਰੀ ਹੈ। ਨਹੀਂ ਤਾਂ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਕੁਝ ਪਾਰਕਾਂ ਵਿੱਚ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਕਰਨ ਦੇ ਪੈਸੇ ਲਏ ਜਾਂਦੇ ਨੇ। ਗਾਰਡਨ ਵਿੱਚ ਬਾਥਰੂਮ ਅਤੇ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਹੈ। ਅੰਦਰ ਛੋਟੀ ਜਿਹੀ ਕੰਟੀਨ ਵੀ ਹੈ। ਤੁਸੀਂ ਇੱਥੇ 3 ਤੋਂ 4 ਘੰਟੇ ਵਧੀਆ ਸਮਾਂ ਬਤੀਤ ਕਰ ਸਕਦੇ ਹੋ। ਇਸ ਪਾਰਕ ਵਿੱਚ ਛੋਟੀ ਜਿਹੀ ਝੀਲ ਹੈ, ਫੁਫਾਰੇ ਚੱਲ ਰਹੇ ਹਨ, ਪਿੱਛੇ ਪਹਾੜ ਹਨ, ਇਸੇ ਕਰਕੇ ਇਹ ਸੁੰਦਰ ਮਨਮੋਹਕ ਦ੍ਰਿਸ਼ ਬਣ ਰਿਹਾ ਹੈ। ਪਾਰਕ ਵਿੱਚ ਝੀਲ ਵੀ ਹੈ ਜਿਸ ਵਿੱਚ ਤੁਸੀਂ ਵੋਟਿੰਗ ਕਰ ਸਕਦੇ ਹੋ। ਇਸ ਪਾਰਕ ਦੇ ਬਾਹਰ ਪਾਰਕਿੰਗ ਦੀ ਸੁਵਿਧਾ ਹੈ। ਪਾਰਕ ਦੇ ਬਾਹਰ ਖਾਣ ਪੀਣ ਵਾਲੇ ਰੈਸਟੋਰੈਂਟ ਹਨ ਅਤੇ ਕਾਫੀ ਸਾਰੇ ਕਸ਼ਮੀਰੀ ਸਮਾਨਾਂ ਨਾਲ ਭਰੀਆਂ ਗਿਫਟ ਸ਼ੌਪਸ ਵੀ ਹਨ। ਡੱਲ ਲੇਕ ਤੋਂ ਇੱਥੋਂ ਤੱਕ ਆਉਣ ਲਈ ਆਟੋ 'ਤੇ 20 ਤੋਂ 30 ਰੁਪਏ ਕਿਰਾਇਆ ਲੱਗਦਾ ਹੈ। ਇਸ ਪਾਰਕ ਵਿੱਚ ਤੁਸੀਂ ਪ੍ਰਕਿਰਤੀ ਅਤੇ ਕੁਦਰਤ ਦਾ ਆਨੰਦ ਲੈ ਸਕਦੇ ਹੋ, ਮਹਿਸੂਸ ਕਰ ਸਕਦੇ ਹੋ। ਇਸ ਦੇ ਆਸ ਪਾਸ ਹੋਰ ਵੀ ਬਹੁਤ ਸਾਰੇ ਪਾਰਕ ਹਨ, ਟਿਊਲਿਪ ਗਾਰਡਨ, ਚਸ਼ਮੇ ਸ਼ਾਹੀ, ਮੁਗਲ ਗਾਰਡਨ। ਹੁਣ ਮੈਂ ਜਵਾਹਰ ਲਾਲ ਨਹਿਰੂ ਬੋਟੈਨੀਕਲ ਗਾਰਡਨ ਵਿੱਚੋਂ ਤੁਹਾਡੇ ਤੋਂ ਲੈਂਦੀ ਹਾਂ ਆਗਿਆ ਅਤੇ ਮਿਲਦੇ ਹਾਂ ਪਰੀ ਮਹਿਲ ਅਗਲੇ ਵਲੌਗ ਵਿੱਚ। ਧੰਨਵਾਦ ਦੋਸਤੋ।